ਇਹਦੀ ਮਿਤੀ 17 ਤਰੀਕ ਨੂੰ ਤਕਰੀਬਨ ਸ਼ਾਮ 7:30 ਵਜੇ ਸਾਨੂੰ ਇੱਕ ਇਤਲਾਹ ਮਿਲੀ ਸੀ ਕਿ ਕੁਛ 5 ਕੁ ਬੰਦੇ ਸਕੋਰਪੀਓ ਗੱਡੀ ਵਿਦਆਊਟ ਨੰਬਰ ਮਕੇਰੀਆਂ ਸਾਈਡ ਤੋਂ ਕੋਈ ਬੰਦਾ ਕਿਡਨੈਪ ਕਰਕੇ ਮਕੂਰੀ ਦਸੂਆ ਸਾਈਡ ਨੂੰ ਹਾਈਵੇ 'ਤੇ ਆ ਰਹੀ ਹੈ। ਜਿਸ ਸੰਬੰਧੀ ਮੈਂ ਸੱਚੋ ਮਕੇਰੀਆਂ ਨਾਲ ਵੀ ਤਾਲਮੇਲ ਕੀਤਾ, ਉਹਨਾਂ ਨੇ ਵੀ ਦੱਸਿਆ ਵੀ ਉੱਦਾਂ ਦੀ ਕਈ ਇਤਲਾਹ ਮਿਲੀ ਹੈ ਜਿਸ 'ਤੇ ਅਸੀਂ ਨਾਕਾਬੰਦ ਕੀਤੀ ਸੀ ਕਾਲੇ ਵਾਲੇ ਪਿੰਡ ਦੇ ਵਿੱਚ। ਅਤੇ ਉਸ ਨਾਕਾਬੰਦ ਦੌਰਾਨ ਜਦੋਂ ਗੱਡੀ ਉੱਥੇ ਆਈ ਹੈ ਉਹਦੇ 'ਚੋਂ 3 ਕੁ ਨੌਜਵਾਨ ਭੱਜ ਗਏ ਸੀ, 2 ਸਾਡੇ ਕੋਈ ਕਾਬੂ ਆਏ ਸੀ। ਉਹਦੇ 'ਚੋਂ ਇੱਕ ਜਿਹੜਾ ਨੌਜਵਾਨ ਜਿਹੜਾ ਆਪਾਂ ਗ੍ਰਿਫਤਾਰ ਕੀਤਾ ਐਚ ਸੀ ਮਨੋਜ ਹੈ, ਇਹ ਡੈਲੀ ਪੁਲਿਸ ਤੋਂ ਆ। ਇੱਕ ਹੈਗਾ ਹੌਲਦਾਰ ਰਾਜਾ ਸਿੰਘ, ਇੱਕ ਕਪੂਰਥਲਾ ਦਾ ਡਿਸਮਿਸ ਜਿਹੜਾ ਮੁਲਾਜ਼ਮ ਹੈਗਾ, 2020 'ਚ ਉਹ ਡਿਸਮਿਸ ਹੋ ਗਿਆ ਸੀ। ਫਿਰ ਉਹਨਾਂ ਨੂੰ ਅਸੀਂ ਪੁੱਛਗਿੱਛ ਲਈ ਲਿਆਂਦਾ, ਫਿਰ ਅਸੀਂ ਆਪਣੀ ਪੁੱਛਗਿੱਛ ਇਹਨਾਂ ਦੀ ਪੁੱਛਗਿੱਛ ਆਪਣੀ ਪੜਤਾਲ ਤੋਂ ਖੁਫੀਆ ਪੜਤਾਲ ਤੋਂ ਸਾਨੂੰ ਪਤਾ ਲੱਗਿਆ ਕਿ ਵੀ ਇਹ ਜਿਹੜੇ ਕੁਛ ਡਿਸਮਿਸ ਮੁਲਾਜ਼ਮ, ਇੱਕ ਦਿੱਲੀ ਦਾ ਸੀ, ਜਿਹੜੇ 3 ਹੋਰ 2 ਮੁਲਾਜ਼ਮ ਸੀ ਉਹਨਾਂ 'ਚੋਂ ਇੱਕ ਡਿਸਮਿਸ ਮੁਲਾਜ਼ਮ ਸੀ ਅਤੇ ਬਾਕੀ ਦਿੱਲੀ ਦੇ ਮੁਲਾਜ਼ਮ। ਇੱਥੇ ਕੋਈ ਪੀਓ ਹਰਪ੍ਰੀਤ ਨਾਮ ਦਾ ਮੁੰਡਾ ਹੈ ਮਕੇਰੀਆਂ ਸਾਈਡ ਦਾ, ਉਹਨੂੰ ਇਹ ਗ੍ਰਿਫਤਾਰ ਕਰਨ ਆਏ ਸੀ। ਗ੍ਰਿਫਤਾਰ ਕਰਕੇ ਉਹਨਾਂ ਨੂੰ ਉਹਨਾਂ ਨੇ ਕੁਛ 1.5 ਲੱਖ ਰੁਪਏ ਦੇ ਘਰ ਦੇ ਉਹਨਾਂ ਤੋਂ ਜਬਰੀ ਡਿਮਾਂਡ ਵਸੂਲ ਕੀਤਾ, ਜੋ ਅਸੀਂ ਇਹ ਤੋਂ ਰਿਕਵਰ ਵੀ ਕਰ ਲਿਆ 1,40,000 ਰੁਪਇਆ, ਜੋ ਇਹਨਾਂ ਦੀ ਗੱਡੀ 'ਚੋਂ ਰਿਕਵਰ ਹੋ ਗਿਆ। ਉਸ ਤਹਿਤ ਅਸੀਂ ਮਾਮਲਾ ਇੱਥੇ ਥਾਣਾ ਦਸੂਆ ਦੇ ਵਿੱਚ FIR ਨੰਬਰ 11 ਮਿਤੀ 18/1/24 ਅੰਡਰ ਸੈਕਸ਼ਨ 384 ਅਤੇ 120 IPC ਤਹਿਤ ਅਸੀਂ ਇਹਨਾਂ 5 ਦੇ ਖਿਲਾਫ਼ ਮੁਕੱਦਮਾ ਦਰਜ ਕਰ ਲਿਆ, ਜਿਸ 'ਚੋਂ 2 ਦੀ ਅਸੀਂ ਅਰੈਸਟ ਪਾ ਲਈ ਹੈ, ਬਾਕੀ ਇਨਵੈਸਟੀਗੇਸ਼ਨ ਫਰਦਰ ਸਾਡੀ ਚੱਲ ਰਹੀ। ਇਹਦੀ ਮਿਤੀ 17 ਤਰੀਕ ਨੂੰ ਤਕਰੀਬਨ ਸ਼ਾਮ 7:30 ਵਜੇ ਸਾਨੂੰ ਇੱਕ ਇਤਲਾਹ ਮਿਲੀ ਸੀ ਕਿ ਕੁਛ 5 ਕੁ ਬੰਦੇ ਸਕੋਰਪੀਓ ਗੱਡੀ ਵਿਦਆਊਟ ਨੰਬਰ ਮਕੇਰੀਆਂ ਸਾਈਡ ਤੋਂ ਕੋਈ ਬੰਦਾ ਕਿਡਨੈਪ ਕਰਕੇ ਮਕੂਰੀ ਦਸੂਆ ਸਾਈਡ ਨੂੰ ਹਾਈਵੇ 'ਤੇ ਆ ਰਹੀ ਹੈ। ਜਿਸ ਸੰਬੰਧੀ ਮੈਂ ਸੱਚੋ ਮਕੇਰੀਆਂ ਨਾਲ ਵੀ ਤਾਲਮੇਲ ਕੀਤਾ, ਉਹਨਾਂ ਨੇ ਵੀ ਦੱਸਿਆ ਵੀ ਉੱਦਾਂ ਦੀ ਕਈ ਇਤਲਾਹ ਮਿਲੀ ਹੈ ਜਿਸ 'ਤੇ ਅਸੀਂ ਨਾਕਾਬੰਦ ਕੀਤੀ ਸੀ ਕਾਲੇ ਵਾਲੇ ਪਿੰਡ ਦੇ ਵਿੱਚ। ਅਤੇ ਉਸ ਨਾਕਾਬੰਦ ਦੌਰਾਨ ਜਦੋਂ ਗੱਡੀ ਉੱਥੇ ਆਈ ਹੈ ਉਹਦੇ 'ਚੋਂ 3 ਕੁ ਨੌਜਵਾਨ ਭੱਜ ਗਏ ਸੀ, 2 ਸਾਡੇ ਕੋਈ ਕਾਬੂ ਆਏ ਸੀ। ਉਹਦੇ 'ਚੋਂ ਇੱਕ ਜਿਹੜਾ ਨੌਜਵਾਨ ਜਿਹੜਾ ਆਪਾਂ ਗ੍ਰਿਫਤਾਰ ਕੀਤਾ ਐਚ ਸੀ ਮਨੋਜ ਹੈ, ਇਹ ਡੈਲੀ ਪੁਲਿਸ ਤੋਂ ਆ। ਇੱਕ ਹੈਗਾ ਹੌਲਦਾਰ ਰਾਜਾ ਸਿੰਘ, ਇੱਕ ਕਪੂਰਥਲਾ ਦਾ ਡਿਸਮਿਸ ਜਿਹੜਾ ਮੁਲਾਜ਼ਮ ਹੈਗਾ, 2020 'ਚ ਉਹ ਡਿਸਮਿਸ ਹੋ ਗਿਆ ਸੀ। ਫਿਰ ਉਹਨਾਂ ਨੂੰ ਅਸੀਂ ਪੁੱਛਗਿੱਛ ਲਈ ਲਿਆਂਦਾ, ਫਿਰ ਅਸੀਂ ਆਪਣੀ ਪੁੱਛਗਿੱਛ ਇਹਨਾਂ ਦੀ ਪੁੱਛਗਿੱਛ ਆਪਣੀ ਪੜਤਾਲ ਤੋਂ ਖੁਫੀਆ ਪੜਤਾਲ ਤੋਂ ਸਾਨੂੰ ਪਤਾ ਲੱਗਿਆ ਕਿ ਵੀ ਇਹ ਜਿਹੜੇ ਕੁਛ ਡਿਸਮਿਸ ਮੁਲਾਜ਼ਮ, ਇੱਕ ਦਿੱਲੀ ਦਾ ਸੀ, ਜਿਹੜੇ 3 ਹੋਰ 2 ਮੁਲਾਜ਼ਮ ਸੀ ਉਹਨਾਂ 'ਚੋਂ ਇੱਕ ਡਿਸਮਿਸ ਮੁਲਾਜ਼ਮ ਸੀ ਅਤੇ ਬਾਕੀ ਦਿੱਲੀ ਦੇ ਮੁਲਾਜ਼ਮ। ਇੱਥੇ ਕੋਈ ਪੀਓ ਹਰਪ੍ਰੀਤ ਨਾਮ ਦਾ ਮੁੰਡਾ ਹੈ ਮਕੇਰੀਆਂ ਸਾਈਡ ਦਾ, ਉਹਨੂੰ ਇਹ ਗ੍ਰਿਫਤਾਰ ਕਰਨ ਆਏ ਸੀ। ਗ੍ਰਿਫਤਾਰ ਕਰਕੇ ਉਹਨਾਂ ਨੂੰ ਉਹਨਾਂ ਨੇ ਕੁਛ 1.5 ਲੱਖ ਰੁਪਏ ਦੇ ਘਰ ਦੇ ਉਹਨਾਂ ਤੋਂ ਜਬਰੀ ਡਿਮਾਂਡ ਵਸੂਲ ਕੀਤਾ, ਜੋ ਅਸੀਂ ਇਹ ਤੋਂ ਰਿਕਵਰ ਵੀ ਕਰ ਲਿਆ 1,40,000 ਰੁਪਇਆ, ਜੋ ਇਹਨਾਂ ਦੀ ਗੱਡੀ 'ਚੋਂ ਰਿਕਵਰ ਹੋ ਗਿਆ। ਉਸ ਤਹਿਤ ਅਸੀਂ ਮਾਮਲਾ ਇੱਥੇ ਥਾਣਾ ਦਸੂਆ ਦੇ ਵਿੱਚ FIR ਨੰਬਰ 11 ਮਿਤੀ 18/1/24 ਅੰਡਰ ਸੈਕਸ਼ਨ 384 ਅਤੇ 120 VIPC ਤਹਿਤ ਅਸੀਂ ਇਹਨਾਂ 5 ਦੇ ਖਿਲਾਫ਼ ਮੁਕੱਦਮਾ ਦਰਜ ਕਰ ਲਿਆ, ਜਿਸ 'ਚੋਂ 2 ਦੀ ਅਸੀਂ ਅਰੈਸਟ ਪਾ ਲਈ ਹੈ, ਬਾਕੀ ਇਨਵੈਸਟੀਗੇਸ਼ਨ ਫਰਦਰ ਸਾਡੀ ਚੱਲ ਰਹੀ।